ਬੱਚੀ ਨੇ ਹਾਜ਼ਰੀ ਭਰੀ, ਮੋਹਨ ਕਰ ਆਵੋ। ਕੇਵਲ ਗੱਲਾਂ ਨਾਲ ਨਹੀਂ ਮੋਹਨ ਕਰ ਆਵੋ, ਅੰਦਰ ਤੜਫ ਵੀ ਹੋਵੇ। ਇਹਨੂੰ ਆਧਾਰ ਬਣਾ ਕੇ ਸੱਚੇ ਪਾਤਸ਼ਾਹ ਮਿਹਰ ਕਰ, ਮਿਹਰ ਕਰਕੇ ਤੇ ਅਸੀਂ ਵੀ ਸੱਚਮੁੱਚ ਤਰਲੇ ਪਾਈਏ ਮਹਾਰਾਜ, ਤੇਰੇ ਤੋਂ ਬਿਨਾਂ ਘਰ ਸੁੰਨਾ ਸੁੰਨਾ ਹੋਇਆ ਹੋਵੇ। ਬੜਾ ਕੁਛ ਹੈ ਸੱਚੇ ਪਾਤਸ਼ਾਹ, ਅੰਦਰ ਚਿੰਤਾਵਾਂ ਨਹੀਂ ਜਾਂਦੀਆਂ, ਅੰਦਰ ਟੈਨਸ਼ਨਾਂ ਨਹੀਂ ਜਾਂਦੀ, ਅੰਦਰ ਵਾਲਾ ਘਰ ਤੇ ਉਜੜਿਆ ਪਿਆ ਹੋਇਆ। ਬਾਹਰ ਦੇ ਘਰ ਨੂੰ ਜਿੰਨਾ ਮਰਜ਼ੀ ਚਮਕਾ ਲਓ, ਆਖੋ ਸਤਨਾਮ ਸ੍ਰੀ ਹੋਏ ਗੁਰੂ। ਹਾਂ, ਜਦੋਂ ਇਸ ਤਰ੍ਹਾਂ ਦੀਆਂ ਬੇਨਤੀਆਂ ਕਰੇਗਾ, ਆ ਜਾਏਗਾ ਤੇਰੇ ਹਿਰਦੇ ਰੂਪੀ ਘਰ। ਜਦੋਂ ਬੰਦੇ ਦਾ ਅੰਦਰ ਵਾਲਾ ਹੀ ਹਿਰਦਾ ਖੇੜੇ ਨਾਲ ਭਰ ਜਾਏਗਾ, ਸੁਖੀ ਹੋ ਜਾਏਗਾ, ਫਿਰ ਤੇ ਸਾਧ ਸੰਗਤ ਜੀ ਕੱਖਾਂ ਦੀ ਕੁੱਲੀ 'ਚ ਵੀ ਆਨੰਦ ਹੋਏ। ਜੇ ਬੰਦੇ ਦਾ ਅੰਦਰ ਵਾਲਾ ਹੀ ਸੁਖੀ ਨਹੀਂ, ਭਾਵੇਂ ਕਰੋੜਾਂ ਦੀਆਂ ਕੋਠੀਆਂ ਬਣਾ ਲਓ, ਉਹਦੇ ਵਿੱਚ ਵੀ ਸੁਖੀ ਨਹੀਂ ਰਹਿੰਦਾ, ਬੰਦਾ ਤੜਫਦਾ ਹੀ ਰਹਿੰਦਾ, ਤੜਫਦਾ ਹੀ ਰਹਿੰਦਾ। ਜੇ ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ, ਉਹ ਕੱਖਾਂ ਦੀ ਕੁੱਲੀ ਭਲੀ ਮਹਾਰਾਜ ਕਹਿੰਦੇ, ਜਿੱਥੇ ਪ੍ਰਭੂ ਦੇ ਗੁਣ ਗਾਣ ਕੀਤੇ ਜਾਂਦੇ, ਜਿੱਥੇ ਗੁਰਸਿੱਖਾਂ ਦੀ ਸੇਵਾ ਕੀਤੀ ਜਾਂਦੀ, ਜਿੱਥੋਂ ਸਵੇਰੇ ਸਵੇਰੇ ਜਪਜੀ ਸਾਹਿਬ ਦੀ ਆਵਾਜ਼ ਆਉਂਦੀ, ਪਰ ਕਿਤੇ ਹੀ ਕਾਮ ਨਾ ਧੌਲ ਹਰ ਜਿਤ ਹਰ ਵਿਸਰੈ। ਉਹ ਲੱਖਾਂ ਦੇ ਕਰੋੜਾਂ ਦੇ ਮਹਿਲ ਕਿਸੇ ਕੌਡੀ ਦੇ ਨਹੀਂ, ਸਾਧ ਸੰਗਤ ਜੀ ਜਿਹਦੇ ਵਿੱਚ ਰਹਿ ਕੇ ਤੂੰ ਪਰਮਾਤਮਾ ਨੂੰ ਹੀ ਬੁਲਾ ਦੇ। ਇੱਕ ਜਗ੍ਹਾ ਤੇ ਹੈਰਾਨ ਹੋਵੋਗੇ, ਕਬੀਰ ਸਾਹਿਬ ਦੇ ਸਲੋਕਾਂ 'ਚ ਕਬੀਰ ਸਾਹਿਬ ਨੇ ਐਸੀ ਗੱਲ ਕੀਤੀ, ਕਬੀਰ ਜੈ ਘਰ ਸਾਧ ਨਾ ਸੇਵੀ, ਹਰ ਕੀ ਸੇਵਾ ਨਾ ਹੀ। ਬੜਾ ਪਿਆਰਾ ਵਚਨ ਸੁਣਿਓ, ਕਬੀਰ ਜੈ ਘਰ ਸਾਧ ਨਾ ਸੇਵੀਏ, ਜਿਨ੍ਹਾਂ ਘਰਾਂ ਵਿੱਚ ਸਾਧੇ ਹੋਏ ਪੁਰਸ਼ਾਂ ਦੀ ਸੇਵਾ ਨਹੀਂ ਕੀਤੀ ਜਾਂਦੀ, ਹਰ ਕੀ ਸੇਵਾ ਨਾ ਏ, ਭਜਨ ਬੰਦਗੀ ਸਿਮਰਨ ਨਹੀਂ ਹੁੰਦਾ, ਤੇ ਘਰ ਮਰਹਟ ਸਾਰਖੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਬੀਰ ਸਾਹਿਬ ਉਹ ਕਰਕੇ ਹੋ ਜੇ ਨੇ, ਬੜੀਆਂ ਸੋਹਣੀਆਂ ਟਾਈਲਾਂ ਲੱਗੀਆਂ, ਬੜੀਆਂ ਸੋਹਣੀਆਂ ਲਾਈਟਾਂ, ਬੜੇ ਸੋਹਣੇ ਫਰਸ਼ ਬਣੇ ਹੋਏ, ਬੜੇ ਸੋਹਣੇ ਦਰਵਾਜ਼ੇ ਨੇ। ਕਬੀਰ ਸਾਹਿਬ ਦੱਸੋ ਇਹ ਘਰ ਸੋਹਣੇ ਨਹੀਂ? ਤੁਸੀਂ ਕਹਿੰਦੇ ਸੋਹਣੇ ਨਹੀਂ, ਕਬੀਰ ਸਾਹਿਬ ਕਹਿੰਦੇ ਮੇਰੀ ਨਜ਼ਰਾਂ 'ਚ ਸੁਣ ਲਓ, ਜਿਨ੍ਹਾਂ ਘਰਾਂ 'ਚ ਸਾਧੇ ਹੋਏ ਪੁਰਸ਼ਾਂ ਦੇ ਚਰਨ ਨਹੀਂ ਪੈਂਦੇ, ਜਿੱਥੇ ਸਾਧ ਸੰਗਤ ਦੀ ਸੇਵਾ ਨਹੀਂ ਹੁੰਦੀ, ਜਿੱਥੇ ਭਜਨ ਬੰਦਗੀ ਨਹੀਂ, ਸਾਧ ਸੰਗਤ ਜੀ ਕਬੀਰ ਸਾਹਿਬ ਕਹਿੰਦੇ ਉਹ ਘਰ ਮਸਾਣਾ ਦੀ ਨਿਆਈ ਨਹੀਂ, ਤੇ ਘਰ ਮਰਹਟ ਸਾਰਖੇ, ਸਾਰਖੇ ਕਹੀਏ ਉਹਨਾਂ ਵਰਗੇ, ਮਰਹਟ ਕਹੀਏ ਮਸਾਣਾ ਦੀ ਨਿਆਈ। ਤੇ ਕਬੀਰ ਸਾਹਿਬ ਉਹਨਾਂ ਘਰਾਂ ਵਿੱਚ ਰਹਿਣ ਵਾਲੇ ਕੌਣ ਨੇ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਬੀਰ ਸਾਹਿਬ ਨੂੰ ਪੁੱਛਿਆ, ਮਹਾਰਾਜ ਦੱਸੋ ਉਹਨਾਂ ਘਰਾਂ 'ਚ ਰਹਿਣ ਵਾਲੇ ਕੌਣ ਨੇ? ਕਬੀਰ ਸਾਹਿਬ ਕਹਿੰਦੇ ਤੂੰ ਭੁੱਲ ਲੈ, ਤੈਨੂੰ ਸਮਝ ਨਹੀਂ, ਮਸਾਣਾ 'ਚ ਕੌਣ ਰਹਿੰਦੇ ਨੇ, ਕੌਣ ਰਹਿੰਦੇ ਨੇ? ਕਬੀਰ ਸਾਹਿਬ ਮਸਾਣਾ 'ਚ ਤੇ ਭੂਤਾਂ ਪ੍ਰੇਤਾਂ ਦਾ ਵਾਸਾ ਹੁੰਦਾ। ਕਬੀਰ ਸਾਹਿਬ ਕਹਿੰਦੇ ਵੀਰ ਸਮਝ ਲਓ, ਤੇ ਘਰ ਮਰਹਟ ਸਾਰਖੇ ਭੂਤ ਵਸੇ ਦਿਨਾਂ ਵਾਂ, ਉਹ ਬਿਨਾਂ ਕੱਪੜਿਆਂ ਦੇ ਭੂਤ ਨੇ ਜਿਹੜੇ ਟਕਰਾ ਮਾਰਦੇ ਨੇ ਮਸਾਣਾ 'ਚ। ਜਿਨ੍ਹਾਂ ਘਰਾਂ 'ਚ ਨਾਮ ਭੁਲਾ ਦਿੱਤਾ ਗਿਆ, ਜਿਨ੍ਹਾਂ ਘਰਾਂ 'ਚ ਸ਼ਰਾਬਾਂ ਕਬਾਬਾਂ ਦੇ ਐਬ ਹੋਏ, ਜਿਨ੍ਹਾਂ ਘਰਾਂ 'ਚ ਗੰਦੇ ਗੀਤਾਂ ਦੀ ਆਵਾਜ਼ ਆਈ, ਉਹ ਘਰ ਮਸਾਣਾ ਦੀ ਨਿਆਈ, ਉਹਨਾਂ ਘਰਾਂ 'ਚ ਰਹਿਣ ਵਾਲੇ ਟਾਈਆਂ ਵਾਲੇ ਭੂਤ ਨੇ, ਸੁਪਾਰੀ ਸੂਟਾਂ ਵਾਲੇ ਭੂਤ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ।